ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦੱਸ ਦਈਏ ਕਿ 25 ਤੋਂ 30 ਨੌਜਵਾਨਾਂ ਦੇ ਵੱਲੋਂ ਸ਼ਰੇਆਮ ਹੱਥਾਂ ਦੇ ਵਿੱਚ ਲਾਠੀ ਡੰਡੇ ਲੈ ਕੇ ਗਲੀ ਦੇ ਵਿੱਚ ਇਹ ਗੁੰਡਾਗਰਦੀ ਕੀਤੀ ਹੈ। ਲੋਕਾਂ ਦੇ ਦਰਵਾਜ਼ੇ ਭੰਨੇ ਗਏ ਨੇ ਤੇ ਕਈ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਦਰਅਸਲ ਦੋ ਧਿਰਾਂ ਦੇ ਵਿਚਕਾਰ ਇਹ ਲੜਾਈ ਹੋਈ ਸੀ, ਪੁਰਾਣੀ ਰੰਜਿਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਇੱਕ ਧਿਰ ਦੂਜੀ ਧਿਰ ਨੂੰ ਜਦੋਂ ਗਲੀ ਦੇ ਵਿੱਚ ਕੁੱਟਣ ਦੇ ਲਈ ਪਹੁੰਚਦੀ ਹੈ ਤਾਂ ਕਰੀਬ 25 ਤੋਂ 30 ਬਦਮਾਸ਼ ਉਹਨਾਂ ਦੇ ਨਾਲ ਹੁੰਦੇ ਨੇ, ਲਾਠੀ ਡੰਡੇ ਫੜੇ ਹੁੰਦੇ ਨੇ। ਹਾਲਾਂਕਿ ਦੂਜੀ ਧਿਰ ਦਾ ਕੋਈ ਵੀ ਵਿਅਕਤੀ ਜਦੋਂ ਨਹੀਂ ਮਿਲਦਾ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਦਰਵਾਜ਼ੇ ਸ਼ੀਸ਼ੇ ਜੋ ਨੇ ਉਹ ਤੋੜ ਦਿੱਤੇ ਜਾਂਦੇ ਨੇ, ਇੱਟਾਂ ਵਗਾ ਵਗਾ ਕੇ ਮਾਰੀਆਂ ਜਾਂਦੀਆਂ ਨੇ ਤੇ ਗਲੀ ਦੇ ਵਿੱਚ ਖੜੀਆਂ ਗੱਡੀਆਂ ਵੀ ਭੰਨ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ। ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ, ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਇਹ ਪਹਿਲੀ ਵਾਰ ਹੀ ਨਹੀਂ ਆਏ, ਇਸ ਤੋਂ ਪਹਿਲਾਂ ਦੋ ਘੰਟਿਆਂ ਬਾਅਦ ਇਹਨਾਂ ਨੇ ਗਲੀ ਦੇ ਵਿੱਚ ਗੇੜੇ ਮਾਰੇ ਨੇ। 25 ਤੋਂ 30 ਨੌਜਵਾਨ ਸ਼ਰੇਆਮ ਸੜਕਾਂ ਦੇ ਉੱਤੇ ਲਾਠੀ ਡੰਡੇ ਲੈ ਕੇ ਹੱਥਾਂ ਦੇ ਵਿੱਚ ਘੁੰਮਦੇ ਸੀ, ਪਰ ਕਿਸੇ ਨੇ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਤੋਂ ਬਾਅਦ ਰਾਤ ਨੂੰ ਇਹ 9 ਵਜੇ ਫੇਰ ਤੋਂ ਆਉਂਦੇ ਨੇ ਤੇ ਆਉਂਦੇ ਸਾਰ ਹੀ ਘਰਾਂ ਦੇ ਵਿੱਚ ਇੱਟਾਂ ਰੋੜੇ ਬਰਸਾਉਣੇ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਤੇ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਤ ਨੂੰ ਜੀ ਬਦਮਾਸ਼ ਆ ਗਏ ਸੀਗੇ ਜੀ ਇੱਥੇ ਜੀ ਤੇ ਤਿੰਨ ਚਾਰ ਵਾਰੀ ਹਮਲਾ ਕੀਤਾ ਹੈਗਾ, ਲਗਾਤਾਰ ਕਈ ਵਾਰੀ ਵੱਖ ਗੁਜ਼ਰਾ ਹੈਗਾ ਜੀ ਇਹ ਜੀ ਤੇ ਪੁਲਿਸ ਨੂੰ ਬੁਲਾਉਂਦੇ ਹੈਗੇ ਤੇ ਪੁਲਿਸ ਰਾਤ ਨੂੰ ਆਈ ਤੇ ਰਾਤ ਨੂੰ ਜੀ ਉਹ ਗੇੜਾ ਗੂੜਾ ਮਾਰ ਕੇ ਨਹੀਂ ਚਲੀ ਗਈ ਸੀਗੀ। ਇੱਕ ਦੋ ਬੰਦੇ ਫੜੇ ਵੀ ਹੈਗੇ ਤੇ ਅਸੀਂ ਜਾਣਦੇ ਹੈਗੇ ਜੀ ਬਈ ਸਾਡੇ ਨਾਲ ਜੀ ਧੱਕਾ ਹੋ ਰਿਹਾ ਹੈਗਾ, ਬਸਤੀ ਦੇ ਨਾਲ ਧੱਕਾ ਹੋ ਰਿਹਾ ਕਰਦਾ, ਇੱਕ ਹੈਗਾ ਸਾਰੀ ਬਸਤੀ ਪਰੇਸ਼ਾਨ ਕਰਦੇ ਹੈਗੇ ਜੀ, ਸਾਰੀ ਬਸਤੀ ਦੇ ਨਾਲ ਜੀ ਭੰਨ ਤੋੜ ਜੀ, ਕੂਲਰ ਤੋੜਦੇ ਹੈਗੇ, ਕਈ ਗੱਡੀ ਤੋੜਦੀ ਹੈਗੀ ਜੀ ਤੇ ਘਰਾਂ 'ਚ ਵੀ ਹਮਲਾ ਕੀਤਾ ਹੈਗਾ, ਕਈ ਬੰਦਿਆਂ ਦੇ ਜੀ ਸੱਟ ਫੇਟ ਵੱਜੀ ਹੈਗੀ ਜੀ। ਕਿੰਨੇ ਕੁ ਵਜੇ ਤੱਕ ਹੁੰਦਾ ਰਿਹਾ ਲੜਾਈ? ਇੱਕ ਡੇਢ ਵਜੇ ਤੀਕਰ ਜੀ ਲੜਾਈ ਹੋਈ ਹੈਗੀ ਜੀ, ਇਹਨਾਂ 'ਚ ਤਿੰਨ ਵਾਰੀ ਹਮਲਾ ਕੀਤਾ ਹੈਗਾ ਜੀ ਤੇ ਅਸੀਂ ਇਹ ਚਾਹੁੰਦੇ ਹੈਗੇ ਜੀ ਬਈ ਜਿਹੜੇ ਗੁੰਡਾਗਰਦੀ ਹੈਗੀ ਜੀ ਰੋਜ਼ ਦਾ ਹੀ ਇਹਨਾਂ ਦਾ ਚਾਂਸ ਹੋ ਗਿਆ ਹੈਗਾ ਜੀ। ਹਥਿਆਰ ਤਲਵਾਰ ਸੀਗੀ ਜੀ, ਗੰਡਾਸੇ ਸੀਗੇ, ਕਾਪੇ ਸੀਗੇ ਜੀ, ਔਰ ਡਾਂਗ ਸੀਗੀ, ਰਾਲ ਸੀਗੀ ਜੀ। ਕਾਰਨ ਕੀ ਸੀ, ਕਿਉਂ ਲੜੇ? ਕਾਰਨ ਜੀ ਇਹਦਾ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਹੈਗਾ ਜੀ ਸਾਨੂੰ ਜੀ। ਇੱਟੇ ਰੋੜੇ ਵਾਧੂ ਚੱਲੇ ਹੈਗੇ ਜੀ, ਪੂਰੀ ਗਲੀ ਭਰੀ ਪਈ ਹੈਗੀ ਇੱਟੇ ਰੋੜੇ, ਕੁਛ ਬੱਚਿਆਂ ਦੇ ਜੀ ਸੱਟ ਫੇਟ ਵੀ ਵੱਜੀ ਹੈਗੀ ਜੀ, ਕੁੜੀਆਂ ਦੇ ਵਿਚਾਰੀਆਂ ਦੇ ਸੱਟ ਵੱਜੀ ਹੈਗੀ ਜੀ ਤੇ ਅਸੀਂ ਚਾਹੁੰਦੇ ਹੈਗੇ ਜੀ ਸਰਕਾਰ ਤੋਂ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈਗਾ ਜੀ, ਔਰ ਨਹੀਂ ਤਾਂ ਫਿਰ ਜੀ ਅਸੀਂ ਜੀ ਸੜਕਾਂ 'ਤੇ ਆਉਂਗੇ, ਅਸੀਂ ਰੋਸ ਧਰਨਾ ਕਰਾਂਗੇ ਜੀ। ਇਹ ਮਾਮਲਾ ਸੀ, ਇਹ 40-50 ਮੁੰਡੇ ਇਕੱਠੇ ਹੋ ਕੇ ਆਏ ਜੀ, ਜਿਵੇਂ ਕਿ ਇਹਨਾਂ ਨੂੰ ਪਤਾ ਨਹੀਂ ਕੀ ਉਹ ਤਕੜਾ ਹੀ ਲੜਾਈ ਹੋਈ ਇਹਨਾਂ ਦੀ, ਇਹਨਾਂ ਕੋਲ ਸਾਰਿਆਂ ਕੋਲ ਤਲਵਾਰਾਂ, ਕਿਸੇ ਕੋਲ ਗੰਡਾਸੇ, ਕਿਸੇ ਕੋਲ ਡੰਡੇ, ਕਿਸੇ ਕੋਲ ਕੀ, ਕਿਸੇ ਕੋਲ ਕੀ, ਇਹ ਜੀ ਪੂਰਾ ਖੋਫ ਫੈਲਾ ਕੇ ਗਏ ਜਵਾਕਾਂ ਦੇ ਸਾਰਿਆਂ 'ਚ। ਇਹ ਜਵਾਕਾਂ ਦੀ ਲੜਾਈ ਹੈ ਜੀ। ਕਿੰਨੇ ਵਜੇ ਦਾ ਮਾਮਲਾ? ਇਹ 6:30-7 ਵਜੇ ਦਾ ਜੀ। ਉਸ ਤੋਂ ਬਾਅਦ ਫਿਰ ਦੁਬਾਰਾ? ਉਸ ਤੋਂ ਬਾਅਦ ਫਿਰ ਆ ਗਏ ਰਾਤ ਨੂੰ 9:30 ਵਜੇ, ਫਿਰ ਰਾਤ ਨੂੰ ਆ ਗਏ 12 ਵਜੇ, ਚਾਰ ਵਾਰ ਤੇ 3-4 ਵਾਰੀ ਆਏ ਜੀ। ਕਿੰਨੇ ਕਿੰਨੇ? ਇੱਕ ਗੱਡੀ ਆਈ ਸੀ ਨੰਬਰਦਾਰ ਦੀ, ਉਹਦੇ ਅੱਗੇ ਲੱਗਿਆ ਸੀ ਇੱਕ ਮਤਲਬ ਵੀ ਲਿਖਿਆ ਹੋਇਆ ਸੀ ਪਲੇਟ ਤੇ ਨੰਬਰਦਾਰ, ਨੰਬਰਦਾਰ ਦੀ ਗੱਡੀ ਆਈ ਇਹਨਾਂ ਨਾਲ, ਕੋਈ ਪਿੰਡਾਂ 'ਚੋਂ ਵੀ ਆਏ ਸੀ ਮੁੰਡੇ, ਕੋਈ ਦੋ ਗੱਡੀਆਂ ਆਈ ਹੈ ਜੀ ਤੇ ਬਾਕੀ ਮੁੰਡੇ ਪੈਦਲ ਆਏ। ਨੁਕਸਾਨ ਕਿੰਨਾ ਕੀਤਾ? ਨੁਕਸਾਨ ਇਹਨਾਂ ਨੇ ਆਹ ਦੇਖ ਸਕਦੇ ਤੁਸੀਂ, ਆਹ ਗੱਡੀ ਦਾ ਨੁਕਸਾਨ ਕਰਤਾ, ਘਰਾਂ ਦਾ ਨੁਕਸਾਨ ਕਰਤਾ ਜੀ, ਇਹ ਵਿਚਾਰੇ ਗਰੀਬ ਜੀ ਦੇ ਹੱਥੇ ਮਾਰ ਗਏ 170। ਘਰਾਂ 'ਚ ਇਹਨਾਂ ਨੇ ਗੇਟ ਤੋੜਤੇ, ਕੂਲਰ ਤੋੜਤਾ ਜੀ ਤੇ ਸ਼ੀਸ਼ੇ ਸ਼ੂਸ਼ੇ ਹੀ ਤੋੜੇ, ਬਸ ਇੱਟਾਂ ਵੀ ਚੱਲੀਆਂ ਜੀ।
ਪੂਰੀਆਂ ਚੱਲੀਆਂ ਇੱਟਾਂ ਤੇ ਰਾਤ ਨੂੰ ਜੀ। ਨਾ 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 ਦੂਜੇ ਤਾਂ ਹੈ ਨਹੀਂ ਸੀ ਇੱਥੇ, ਦੂਜੇ ਵਾਲੇ ਤਾਂ ਸਾਰੇ ਡਰਪੋਕ ਹੈ। ਬਸ ਠੀਕ ਹੈ, ਛੇੜਖਾਨੀ ਜ਼ਰੂਰ ਕਰਕੇ ਆਏ ਹੋਣਗੇ, ਲੇਕਿਨ ਨੇੜੇ ਕੋਈ ਨਹੀਂ ਆਇਆ ਇਹਨਾਂ ਚੋਂ। ਇਹਦਾ ਮੱਲੇ ਵਾਲੇ ਪਏ ਜੀ, ਤਾਂ ਭੱਜੇ ਹੋ, ਨਹੀਂ ਤਾਂ ਕਾਹਨੂੰ ਭੱਜਦੇ ਸੀ? ਪੁਲਸਾਈ ਜੀ, ਪੁਲਿਸ ਦੋ ਤਿੰਨ ਵਾਰੀ ਆਈ ਹੈ ਜੀ, ਉਹਨਾਂ ਦੇ ਘਰ ਦੇ ਵੀ ਆਏ, ਜਿਹੜੇ ਮੁੰਡੇ ਆਏ ਸੀ ਉਹਨਾਂ ਦੇ ਘਰ ਦੇ ਵੀ ਆਏ ਸੀ, ਉਹਨਾਂ ਚੋਂ ਇੱਕ ਦੋ ਫੜ ਵੀ ਲਿੱਤੇ ਗਏ। ਰਾਤ ਨੂੰ ਇੱਟਾਂ ਚੱਲੀਆਂ ਬਹੁਤ ਜ਼ਿਆਦਾ, ਤਲਵਾਰਾਂ ਚੱਲੀਆਂ ਬਹੁਤ ਜ਼ਿਆਦਾ, ਇੱਥੇ ਜਦ ਸਾਰੀ ਬਸਤੀ ਇਕੱਠੀ ਹੋ ਕੇ ਨਾਂ ਦੀ ਤਾਂ ਪਛਾੜ ਦਿੰਦੇ। ਗਲੀ ਦਾ ਦੇਖੋ, ਤੁਸੀਂ ਗਲੀ ਦੇ ਵਿੱਚ ਦੇਖੋ ਕੀ ਹਾਲ ਹੋਇਆ ਜੀ। ਤੁਸੀਂ ਉਹ ਤਿਆਰ ਕੀ ਸੀ ਨੂੰ ਕੋਲੇ? ਉਹਨਾਂ ਕੋਲੇ ਕੀ ਦੱਸਾਂ, ਤਲਵਾਰਾਂ, ਗੰਡਾਸੇ, ਔਰ ਉਹ ਪੰਜ ਉਹ ਕੀ ਹੁੰਦੇ ਗੋਲ ਗੋਲ ਜੇ ਗਰਾਰੀਆਂ ਗਰੂਰੀਆਂ, ਬਹੁਤ ਕੁਛ ਸੀ ਉਹਨਾਂ ਦੇ ਕੋਲੇ। ਕਿੰਨੇ ਕੁ ਬੰਦੇ ਸੀ? ਪੂਰੀ ਬਸਤੀ ਸੀ ਉਹ, ਦੀਪ ਨਗਰ ਵਾਲੀ, ਉਧਮ ਸਿੰਘ ਨਗਰ ਦੇ ਬੰਦੇ ਸੀ ਉਹਦੇ ਵਿੱਚ। ਕਿੰਨੇ ਵਜੇ ਦਾ ਮਾਮਲਾ ਹੈ? 9:30 ਫੇਰ ਆਏ, ਪਹਿਲਾਂ 9:30 ਪੂਰੀ ਬਸਤੀ ਆਈ ਹੈ। ਜਦੋਂ ਕੁੱਤੇ ਲੂ ਲੂ ਕੇ ਪਏ, ਸਾਡੇ ਬੰਦੇ ਕੋਈ ਵੀ ਕਰੇ ਨਹੀਂ, ਸਾਡੇ ਬੰਦੇ ਗਏ ਸੀ ਥਾਣੇ, ਥਾਣੇ ਗਏ ਹੋਏ ਸੀ, ਉਹਨਾਂ ਨੇ ਇਹ ਦੇਖ ਲਿਆ ਵੀ ਬੰਦੇ ਇਹਨਾਂ ਦੇ ਕੋਈ ਵੀ ਕਰੇ ਨਹੀਂ ਹੈ, ਹੁਣ ਚੱਲੋ। ਪੂਰੀ ਮੰਡੀਲੇ ਨੂੰ ਲੈ ਕੇ ਆਏ ਉਹ, ਬੁੜੀਆਂ ਬੁੜੀਆਂ ਸੀ, ਅਸੀਂ ਘਰੇ ਬੁੜੀਆਂ, ਸਾਨੂੰ ਡਰ ਲੱਗਣ ਲੱਗਿਆ, ਅਸੀਂ ਤਾਂ ਗੇਟ ਬੰਦ ਕਰ ਲਿੱਤਾ, ਘਰਾਂ ਚ ਗਲੇ ਮਾਰ ਮਾਰ ਕੇ ਗਏ, ਇੱਟਾਂ ਬਰਸਾ ਕੇ ਗਏ ਘਰਾਂ ਦੇ ਵਿੱਚ। ਮਾਮਲਾ ਤਾਂ ਸਾਨੂੰ ਪਤਾ ਨਹੀਂ ਕੀ ਸੀਗਾ, ਮੁੰਡਾ ਮੁੰਡੇ ਦੀ ਗੱਲ ਹੋਈ ਇਹਨੇ ਗਲੀ ਵਾਲੇ ਦੀ, ਤੇ ਇਧਰੋਂ ਆਏ ਬੰਦੇ ਕਾਫੀ ਜੀ, ਉਹਨਾਂ ਕੋਲ ਤੇਜ਼ ਹਥਿਆਰ ਸੀ ਜੀ, ਤਲਵਾਰਾਂ ਸੀ, ਗੰਡਾਸੇ ਸੀਗੇ ਜੀ। ਅਸੀਂ ਇੱਥੇ ਬੈਠੇ ਸੀਗੇ ਵੈਸੇ ਜੀ, ਅਸੀਂ ਅੰਦਰ ਵੜ ਕੇ ਜਾਨ ਬਚਾਈ ਹੈ ਜੀ, ਜੇ ਅਸੀਂ ਬਾਹਰ ਰਹੇ ਤਾਂ ਸਾਨੂੰ ਮਾਰ ਜਾਂਦੇ ਜੀ। ਬੰਦੇ ਬਹੁਤ ਸੀ ਜੀ, ਗਿਣਤੀ ਨੀ ਸੀਗੀ।